बच्ची से रेप का हवाला देते हुए सोशल मीडिया पर जमकर वायरल हुई वीडियो को लेकर घटनास्थल के आसपास के लोग कुछ सकते में नजर आ रहे हैं। लोगों को अपने बच्चों के प्रति चिंता सताने लगी है। लोगों को कहना है कि यदि ये सत्य घटना है तो पुलिस को कहीं ना कहीं इस मामले में आगे आना चाहिए और जल्द से जल्द आरोपी युवक पर कठोर कार्रवाई करनी चाहिए ताकि इस तरह की कोई और घटना आसपास के क्षेत्र में ना हो। बताते चले कि सोमवार को सोशल मीडिया पर एक वीडियो जमकर वायरल हुई थी जिसमें एक युवक 6-7 साल की बच्ची के साथ घिनौनी हरकत करते दिखाया गया था। लोगों की माने तो ये वीडियो कानाचक पुलिस स्टेशन के क्षेत्र के अंतर्गत आते इलाके की है और 24 घंटे के बाद तक भी पुलिस इस मामले में कोई भी कार्रवाई करती हुई नजर नहीं आई है। जबकि पुलिस के सूत्रों की माने तो पुलिस का कहना है कि पुलिस के पास इसको लेकर अभी तक किसी की ओर से भी शिकायत नहीं आई है, जिसको लेकर पुलिस इस मामले में अभी तक कोई कार्रवाई नहीं कर पाई है। जड़ी कल वाली जड़ी घटना हुई है, ये तो सारे तक इकट्ठे हो तुम्हारा के बचार है, तुम क्या आखना चाहते हो सरकार तक पहुंचाना चाहते हो गल कोई? सरकार तक पहुंचाना चाहते हैं कि उस ओदे कोल ने मुड़े कने सख्त कोल सख्त कार्रवाई की जाओ, उनके कने जड़ी उनके घर वालों कने भी नहीं चाहिए क्योंकि दोबारा एक ऐसी घटना होनी नहीं चाहिए। अभी यह ऐसी घटना उनके कने हुई तो साढ़े बच्चे कने भी कर सकते हो, साड़ी बच्चियां ट्यूशन जांदियां, साढ़े बच्चे स्कूल जाते हैं, छोटे छोटे बच्चे है वो शराबा पीए तो इधर बकरियां चाड़ने बहाने बेहर होंगे है तो कुसा वेले भी फड़ सकते हो। अगर वो अपनी की नहीं छोड़ते अभी तो साड़िया कदम छोड़ी होनी उन्हें वो तो कदम नहीं छोड़ सकते अभी, तो इस करिए असं अपने बच्चे मना कि कुछ बाहर अंदर नहीं जाना अभी तो किन्नी देर मना कर गए अस जो एक केस कठुए होया हा तो दूआ इतने हुई है तो ये तो साढ़े बच्चे ही फसाना चाहते हैं कि कुड़ी उन्हें मारी ओड़ना हाँ तो मारिए सुटी ओड़ना हाँ तो साढ़े म्हल्ले के बच्चे की फसाई ओड़ना तो ये मुड़े की मुड़े कहने सख्त कला सख्त कार्रवाई होनी चाहिए और उनके घर वाले कहने भी होनी चाहिए। अगर कुड़ी वाले नहीं एक्शन लाते तो उनके कहने भी होनी चाहिए है। हाँ जी हाँ जी हाँ। ਤੇ ਕੋਈ ਇਹਦਾ ਪੁਲਿਸ ਦਾ ਕੀ ਐਕਸ਼ਨ ਰਿਹਾ, ਤੁਸੀਂ ਪੁਲਿਸ ਵਾਲੇ ਕੋਈ ਕੀਤੀ ਕਾਰਵਾਈ ਕੋਈ ਤੱਕ ਤੁਹਾਨੂੰ ਲੱਗਾ ਕਿ ਪਤਾ? ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਭੀ। ਅੱਛਾ ਅੱਜ 24 ਘੰਟੇ ਹੋਈ ਆ ਗੱਲ ਹੋਏ। ਅੱਛਾ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਭੀ, ਕੱਲ ਸ਼ਾਮੀ ਪੁਲਿਸ ਜ਼ਰੂਰ ਆਈ ਹੈ ਅਹੀ ਲੇਕਿਨ ਐਕਸ਼ਨ ਕੋਈ ਨਹੀਂ ਹੋਇਆ, ਨਾ ਕੋਈ ਉਹਦੇ ਘਰ ਵਾਲੇ ਮੁੜੇ ਹੀ ਚੁੱਕਿਆ ਤੇ ਨਾ ਮੁੜੇ ਦੇ ਘਰ ਵਾਲੇ ਨੇ ਚੁੱਕਿਆ। ਅੱਛਾ ਇਹ ਕੋਈ ਪਹਿਲਾਂ ਵੀ ਮਾਤਾ ਜੀ ਕੋਈ ਪਹਿਲਾਂ ਵੀ ਕੋਈ ਕਿਹੜੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜਾਂ ਕੱਲ ਕੋਈ ਪਹਿਲਾਂ ਹੋਇਆ ਹੈ? ਪਹਿਲੀ ਵਾਰੀ ਕੋਈ ਸੁਣਿਆ ਨਹੀਂ ਪਹਿਲੇ ਉਹ ਸ਼ਰਾਬ ਪੀਏ ਤੇ ਪੁੱਠਾ ਪਿਆ ਰਹਿੰਦਾ ਉੱਥੇ। ਅੱਛਾ ਇਹਦਾ ਮੁੜਾ ਜਿਹੜਾ ਤਕਰੀਬਨ ਇੱਥੇ ਘਰ ਹੁੰਦਾ ਹੈ ਪੁੱਲਾ ਥੱਲੇ ਕੇ ਬੈਠੇ ਦਾ। ਅੱਛਾ ਇਹ ਐਡੀ ਵੱਡੀ ਵਾਰਦਾਤ ਹੋਈ ਹੈ, ਕੋਈ ਤੁਹਾਡੇ ਕੋਲ ਕੋਈ ਆਇਆ, ਕੋਈ ਮੀਡੀਆ ਵਾਲਾ ਜਾਂ ਕੋਈ ਨਾ ਕੋਈ ਪੁੱਛਿਆ ਕੋਈ ਨਾ? ਨਾ ਕੋਈ ਨਹੀਂ ਆਇਆ। ਅੱਛਾ ਨਾ ਪੁਲਿਸ ਵਾਲੇ ਆਏ ਤਾਂ ਨਾ ਮੀਡੀਆ ਵਾਲੇ ਆਏ। ਵਜ੍ਹਾ ਕੀ ਰਹੀ ਭਲਾ ਇੰਨੀ ਵਜ੍ਹਾ ਕੀ ਹੋ ਸਕਦੀ ਹੈ? ਤੂੰ ਕਿਹਾ ਹੋ ਸਕਦੀ ਹੈ ਕਿ ਮੁੰਡਨ ਨਾ ਮੁਸਲਮਾਨ ਨਾ ਗੁੱਜਰ ਨਾ ਤੇ ਉਹਦੇ ਹੱਕ ਨੇ ਐਕਸ਼ਨ ਕੋਈ ਨਹੀਂ ਲੈ ਸਕਦਾ ਉਹਦੇ ਖਿਲਾਫ ਹੈ। ਅਗਰ ਸਾਡੇ ਸਾਡੇ ਹਿੰਦੂ ਹੁੰਦੇ ਹੈ ਹਿੰਦੂਆਂ ਦਾ ਕੋਈ ਹੁੰਦਾ ਵਾਰਦਾਤ ਤਾਂ ਇਸ ਲਈ ਕਿੰਨਾ ਐਕਸ਼ਨ ਹੋਈ ਆ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਾਉਂਦਾ। ਇਹ ਉਹਨੇ ਸਰਕਾਰ ਦੀ ਰਾਮਜਾਦੀ ਹੈ ਤੇ ਜਾਂ ਕੋਹਾ ਹੋਰ ਦੀ ਹੈ ਬਸ ਹੁੰਦੀ ਹੈ ਅਖਬਾਰ ਉੱਪਰ ਵੀ ਉਲਟਾ ਕੇਸ ਬਣਾ ਲਿਆ ਉਹਨੇ ਉਲਟੀਆਂ ਗੱਲਾਂ ਲਿਖੀ ਦੀਆਂ ਜਿਹੜਾ ਕਿਹੜੀ ਅਖਬਾਰ ਚ ਕਿਹੜੀ ਅਖਬਾਰ ਚ ਅਮਰ ਉਜਾਲਾ ਜੀ ਕੀ ਲਿਖਦਾ ਹੁਣ ਉਹਨੇ ਖਾਲੀ ਜੋ ਲਿਖਦਾ ਕਿ ਗਾਲੀ ਗਲੋਚ ਹੋਈ ਦੀ ਹੈ ਤੇ ਬਾਕੀ ਹੋਰ ਕੁਛ ਨਹੀਂ ਹੋਦਾ ਹੁਣ ਇਹ ਨਹੀਂ ਲਿਖਦਾ ਕੁੜੀ ਕਿੰਨਾ ਭਲਾ ਕੋਈ ਗਲਤੀ ਕੁਛ ਨਹੀਂ ਲਿਖਦਾ ਉਹਨੇ ਹਾਂ ਖਾਲੀ ਬਸ ਇੰਨੀ ਆਰੀ ਗੱਲ ਲਿਖਦੀ ਹੈ ਹੋਰ ਕੁਛ ਨਹੀਂ ਲਿਖਦਾ ਪਹਿਲਾਂ ਹਿੰਦੂ ਵਾਸੀਆਂ ਦਾ ਨਮਸਕਾਰ ਹੈ। ਅੱਛਾ ਜੀ ਤੇ ਇਹ ਬੜੀ ਵੱਡੀ ਗੱਲ ਹੈ ਜਿਹੜੀ ਗੋਮਪੁਲ ਚ ਕੱਲ ਹੋਈ ਹੈ, ਨਾ ਕੋਈ ਪੁਲਿਸ ਵਾਲੇ ਕੋਈ ਐਕਸ਼ਨ ਲਿਆ ਤੇ ਨਾ ਕੋਈ ਲਾਣੇ ਵਾਲਾ ਹੈ। ਐਂ ਨਹੀਂ ਲੱਗਦਾ ਇਹ ਕੋਈ ਗੱਲ ਅੱਗੋਂ ਥੋੜ੍ਹੀ ਪੁੱਜਿਆ, ਇਹ ਗੱਲ ਦਬਾਣੇ ਵਾਲੀ ਗੱਲ ਹੈ ਤੇ ਤੁਸੀਂ ਪੁੱਛੋ ਆਖਦੇ ਪਰਚਾ ਲੱਗੇ ਦਾ ਮੁੜਾ ਅੰਦਰ ਹੈ ਜਾਂ ਕੀ ਹੈ ਕਿ ਨਹੀਂ, ਇਹ ਤਾਂ ਕੋਈ ਫੈਸਲਾ ਨਹੀਂ ਹਾਲੇ ਥੋੜ੍ਹੀ ਆਇਆ ਤੇ ਸ਼ਰਮਨਾਕ ਹਰਕਤ ਹੈ। ਹਿੰਦੂ ਖਾਸ ਕਰ ਹਿੰਦੂ ਹਿੰਦੂ ਸੀ ਜ਼ਿਆਦਾਤਰ ਦੇਖਣ ਤੇ ਇਹਦੇ ਕੋਲ ਅੱਗੇ ਫਲਾਉਣ ਤੇ ਮੈਂ ਇੱਧਰ ਮੇਰੀ ਗੁਜ਼ਾਰਿਸ਼ ਹੈ ਸਾਰੇ ਕਹਿੰਦਾ ਕਿ ਜ਼ਿਆਦਾਤਰ ਇਹ ਜਿਹੜੇ ਗੋਮਪੁਲ 'ਚ ਜ਼ਿਆਦਾਤਰ ਗੁਜਰਨਾ ਉਹਨੇ ਇੱਥੋਂ ਸਵਾਲਣ ਦੀ ਕੋਸ਼ਿਸ਼ ਕੀਤੀ ਆ। ਮੇਰੀ ਐਸ ਪੀ ਕਹਿੰਦਾ ਰਿਕੁਐਸਟ ਹੈ ਇੱਥੇ ਆਉਣ ਮੌਕੇ ਤੇ ਦੇਖਣ ਆਉਣੀ ਹੈ, ਬਸ ਇੱਥੇ ਗੁਜਰ ਬੈਠਦੇ ਨੇ ਜਦੋਂ ਵੀ ਬੈਠਦੇ ਨੇ ਉਦੋਂ ਗਾ ਹੰਗਾਮਾ ਕਰਦੇ ਨੇ ਹੱਦ ਕੋਲੋਂ ਜ਼ਿਆਦਾ ਜੀ ਤੇ ਬਾਕੀ ਹਾਂ ਅਧੂ ਜ਼ਿਆਦਾ ਹੰਗਾਮਾ ਹੁੰਦਾ ਇੱਕ ਵਾਰੀ ਜੋ ਵੀ ਹੈ ਜਿਹੜੀ ਵੀ ਹੈ ਬੜੀ ਸ਼ਰਮਨਾਕ ਹਰਕਤ ਹੈ ਖਾਸ ਕਰ ਸਾਡੇ ਹਿੰਦੂਆਂ ਵਾਸਤੇ। ਇਹ ਹਿੰਦੂ ਇਹਨੇ ਮਾਰੀ ਇੱਥੇ ਛੁੱਟੀ ਨਹੀਂ ਕੁੜੀ ਜਿਹੜੀ ਵੀ ਅਸੀਂ ਹਿੰਦੀ ਆਪੇ 'ਚ ਭੈਣ ਭਰਾ ਜੋ ਵੀ ਹੈ ਇਹਦੇ ਰਿਸ਼ਤੇਦਾਰ ਤੇ ਹਿੰਦੂ ਅਸੀਂ ਅੰਦਰ ਕਰਾਈ ਦਿੰਦਾ ਹਾਂ ਤੇ ਪੁਲਿਸ ਨੇ ਹਿੰਦੂ ਇਹ ਨਹੀਂ ਬਖਸ਼ਦੀ ਹੈ। ਜਿਹੜੀ ਲਸਾਣਾ ਕੇਸ ਹੋਇਆ ਉਹਦੇ 'ਚ ਇਹ ਦੁਹਰਾਇਆ ਗਿਆ ਕਿ ਦੁਬਾਰਾ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਜਿਹੜਾ ਕੇਸ ਹੋਇਆ ਇਕੱਲਾ ਤੁਸੀਂ ਕੀ ਚਾਹੁੰਦੇ ਹੋ ਇੱਥੇ? ਅਸ ਇਹ ਚਾਹੁੰਦੇ ਹਾਂ ਜੀ ਇਹਦੇ ਮੁੜੇ ਪਰ ਕਾਰਵਾਈ ਹੋਇਆ, ਜਿਹੜਾ ਵੀ ਆਹ ਗੁਜਰ ਮੁੜਾ ਇਹਦੇ ਕਾਰਵਾਈ ਹੋਇਆ, ਹਿੰਦੂ ਇਹ ਫਸਾਣੇ ਦੀ ਜਿਹੜੀ ਸਾਜ਼ਿਸ਼ ਸੀ ਜਿਹੜੀ ਉਹ ਨਾਕਾਮ ਆ, ਹਿੰਦੂ ਲੋਕਾਂ ਨੇ ਉਹਦੀ ਕੁੜੀ ਜੀ ਹੈ ਉਹਦੇ ਕੋਲ ਬਚਾਇਆ
फिर हिंदुएं दू करने मतलब हिंदू बरखिलाफ हो जाते जहाँ जिन्हें भी होंगे उन्हें अग्गे करी ओड़दे भला यह हिंदू गलत नाने अस इस वास्ते कट्ठे हुए इतने अस प्रोटेस्ट करना रोड बंद करना पुलिस प्रशासन तुंदे कोल आया मिलिया लोकल लोकें कन्नै इत्थे जानी कोई नहीं मिलिया जेड़े मुड़े कल उत्थे जिन्हें बचाया उन्दे मुड़े कन्नै मिलने की कोशिश की नहीं की उन्हें कोई नहीं की आखले वीडियो वायरल होया जां जिन्हें भी आया कोई पता नहीं जिन्हें भी होया लेकिन साड़ी रिक्वेस्ट है एस पी साहब हुंदे कन्नै डी एस पी साहब हुंदे कन्नै इक्कै रिक्वेस्ट है जां ते इन्हें आपू ठुआली लवानी है नहीं तो असें आपू ठुआली लैने ये रिक्वेस्ट है डबल रिक्वेस्ट है दुआ कठुए वाले जरा रसाने के वारदात हुई है वह असें इतने नहीं बन देनी है नहीं बन दे वो गल असें इतने नहीं बन देनी है अभी क्योंकि वह बेचारे भुगता देन असें नहीं भुगतना अभी इस करिए असें इतने गुजरेंगे नहीं रोन देना है।